ਕੇਂਦਰੀ ਜੇਲ੍ਹ 'ਚ ਗੁਰਦਾਸਪੁਰ 'ਚ ਚੱਲੇ ਤਲਾਸ਼ੀ ਅਭਿਆਨ 'ਚ 9 ਮੋਬਾਈਲ ਤੇ ਹੈਰੋਇਨ ਮਿਲਣ ਦੇ ਸਮਾਚਾਰ ਕਿ ਇਸ ਜੇਲ੍ਹ 'ਚ 2 ਹੋਰ ਮੋਬਾਈਲ ਮਿਲਣ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਵੱਡੇ ਪੱਧਰ ਤੇ ਨਿਜ਼ਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਇਸ ਸੰਬੰਧੀ ਉੱਚ ਪੱਧਰੀ ਜਾਂਚ ਵੀ ਹੋਣੀ ਜ਼ਰੂਰੀ ਹੈ। ਇਹਨਾਂ 2 ਮੋਬਾਈਲਾਂ ਦੇ ਮਿਲਣ ਸੰਬੰਧੀ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ 'ਚ ਕੇਸ ਦਰਜ ਕੀਤਾ ਗਿਆ। ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਜਦ ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਜ਼ਿਲ੍ਹਾ ਪੁਲਿਸ ਸੁਪਰਡੈਂਟ ਦੀ ਅਗਵਾਈ 'ਚ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਸੀ ਤਾਂ ਜੇਲ੍ਹ 'ਚ 9 ਮੋਬਾਈਲ ਤੇ 600 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸੰਬੰਧੀ ਜੇਲ੍ਹ ਸੁਪਰਡੈਂਟ ਵੱਲੋਂ ਲਿਖੇ ਪੱਤਰ ਤੇ ਆਧਾਰ ਤੇ ਸਿਟੀ ਪੁਲਿਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਸੁਪਰਡੈਂਟ ਗੁਰਦਾਸਪੁਰ ਦਾ ਕਹਿਣਾ ਹੈ ਕਿ ਜਿਸ ਦਿਨ ਅਸੀਂ ਤਲਾਸ਼ੀ ਅਭਿਆਨ ਚਲਾਇਆ ਸੀ ਉਸ ਦਿਨ ਕਾਫੀ ਗੰਭੀਰਤਾ ਨਾਲ ਤਲਾਸ਼ੀ ਲਈ ਗਈ ਸੀ, ਪਰ ਇਹਨਾਂ 2 ਮੋਬਾਈਲਾਂ ਬਾਰੇ ਪਤਾ ਨਹੀਂ ਲੱਗਾ ਸੀ। ਉਹਨਾਂ ਮੰਨਿਆ ਕਿ ਹੁਣ 2 ਮੋਬਾਈਲਾਂ ਦਾ ਹੋਰ ਮਿਲਣਾ ਇਹ ਸਾਬਿਤ ਕਰਦਾ ਹੈ। ਮਾਣਯੋਗ ਜੇਲ੍ਹ ਮੰਤਰੀ ਜੀ ਦੇ ਹੁਕਮਾਂ ਤੇ ਸਰ ਸੰਜਿੰਦਰ ਸਿੰਘ ਜੀ ਰਾਵਾ ਜੀ ਦੇ ਆਦੇਸ਼ਾਂ ਦੇ ਉੱਤੇ ਕੱਲ੍ਹ ਗੁਰਦਾਸਪੁਰ ਜੇਲ੍ਹ ਦੀ ਜਿਹੜੀ ਸਰਚ ਕੀਤੀ ਗਈ ਸ਼ਾਮ ਨੂੰ, ਉਸ ਸਰਚ ਦੇ ਦਰਮਿਆਨ 9 ਮੋਬਾਈਲ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਔਰ 600 ਮਿਲੀਗ੍ਰਾਮ ਹੈਰੋਇਨ ਵਰਗੀ ਚੀਜ਼ ਬਰਾਮਦ ਹੋਈ ਹੈ। ਇਹਦੇ ਸੰਬੰਧੀ ਅਸੀਂ 3 ਕੇਸ ਜਿਹੜੇ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਕੀਤੇ ਨੇ। ਅੱਗੇ ਅਸੀਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹਾਂ, ਸਾਡੀਆਂ ਟੈਕਨੀਕਲਸ ਜਿਹੜੀਆਂ ਟੀਮ ਨੇ ਉਹਨਾਂ ਦੇ ਵੀ ਨਾਲ ਅਸੀਂ ਹੈਲਪ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਕਿ ਇਹ ਜਿਹੜੇ ਮੋਬਾਈਲ ਨੇ ਇਹ ਜੇਲ੍ਹ ਦੇ ਵਿੱਚ ਕਿਵੇਂ ਪਹੁੰਚੇ, ਕਿੰਦੀ ਨਾਲ ਕੋਈ ਮਿਲੀ ਭੁਗਤ, ਉਹਨਾਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਜਿਹੜਾ ਉਹ ਲਿਆ ਜਾਓ। ਦੌਰਾਨੇ ਸਰਚ ਮੇਰੇ ਨਾਲ 2 SP, 4 DSP, 8 SHO ਨਾਲ ਲੈ ਕੇ ਜਿਹੜੀ ਅਸੀਂ ਜੇਲ੍ਹ ਦੀ ਸਰਚ ਕੀਤੀ ਸੀ, ਬਾਕੀ ਜਿਹੜੀ ਫਰਦਰ ਪ੍ਰੋਗਰੈਸ ਹੋਏਗੀ ਉਹ ਤੁਹਾਨੂੰ ਕਨਵੇ ਕਰਾਂਗੇ। ਜਦਕਿ ਜੇਲ੍ਹ 'ਚ ਮੋਬਾਈਲ ਜੈਮਰ ਲੱਗੇ ਹੋਏ, ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।